ਮਿਟ ਗਏ
ਬਨਰੂਆ ਦਿਨ ਰੇ ਨਾਮ ਤਿਹਾਇੰਦਾ ਕਿਰਪਾਏ ਨਾਮੁਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਰਸਨਾ ਨੂੰ ਕਰੋ ਪਵਿੱਤਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਥੋੜਾ ਇੱਕੋ ਵਧਾਇਓ ਭੈਣਾਂ ਨੂੰ ਬੇਨਤੀ ਹੈ, ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਮਾਤਾਵਾਂ ਵੀਰ ਬਜ਼ੁਰਗ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਮਨ ਕਰਕੇ ਲਵਾਓ ਹਾਜ਼ਰੀ, ਤੁਸੀਂ ਤਨ ਕਰਕੇ ਪਹੁੰਚਿਓ, ਮੁਬਾਰਕ ਹੋ ਜੀ ਆਇਆਂ ਨੂੰ। ਪਰ ਯਾਦ ਰੱਖਿਓ ਜੇ ਮਨ ਕਰਕੇ ਨਾ ਨਾ ਜੁੜੇ ਤੇ ਘਰਾਂ ਵਿੱਚ ਬੈਠੇ ਇੱਥੇ ਬੈਠੇ ਇੱਕ ਬਰਾਬਰ ਹੋ। ਗੁਰੂ ਦੀ ਗੋਦ ਅੰਦਰ ਆਇਆ ਸਾਡਾ ਤਾਂਹੀਓ ਸਫਲ ਹੈ ਜਿੱਥੇ ਆ ਕੇ ਗਿਆਨ ਗੁਰੂ ਤੋਂ ਗੁਰੂ ਦਾ ਗਿਆਨ ਲੈ ਕੇ ਜਾਈਏ, ਗੁਰੂ ਪਾਤਸ਼ਾਹ ਜੀ ਦਾ ਲੈਸਨ ਲੈ ਕੇ ਜਾਈਏ ਆਪਣੀ ਜ਼ਿੰਦਗੀ ਦੇ ਅੰਦਰ, ਤਾਂ ਕਮਾ ਸਕਾਂਗੇ। ਸੋ ਬੇਨਤੀ ਹੈ ਸਾਰੇ ਰਸਨਾ ਨੂੰ ਕਰੋ ਪਵਿੱਤਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਵਨ ਪਵਿੱਤਰ ਸ਼ਬਦ ਪੜਿਆ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਬਸੰਤ ਚੜਿਆ ਫੁੱਲੀ ਬਨ ਰਾਏ ਇਹ ਜੀ ਜੰਤ ਫੁੱਲੀ ਹਰ ਚਿਤ ਲਾਏ। ਕਹਿੰਦੇ ਜਿਵੇਂ ਬਸੰਤ ਰੁੱਤ ਦੇ ਆਉਣ ਤੇ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਸਤਿਗੁਰੂ ਫਰਮਾਨ ਕਰਦੇ ਨੇ ਜਿਹੜੇ ਮਨੁੱਖ ਪਰਮਾਤਮਾ ਦੇ ਸਿਮਰਨ ਦੇ ਵਿੱਚ ਆਪਣਾ ਚਿੱਤ ਜੋੜਦੇ ਨੇ ਨਾ, ਸਤਿਗੁਰ ਕਹਿੰਦੇ ਉਹ ਆਤਮਿਕ ਜੀਵਨ ਦੇ ਨਾਲ ਹਰੇ ਭਰੇ ਹੋ ਜਾਂਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤਰੀਕਾ ਹੈ ਮਨ ਨੂੰ ਹਰਾ ਭਰਾ ਕਰਨ ਦਾ, ਮਨ ਨੂੰ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਣ ਦਾ। ਜਿੰਨੀਆਂ ਭੈਣਾਂ ਬੈਠੀਆਂ ਮੈਂ ਸਾਰਿਆਂ ਨੂੰ ਇੱਕੋ ਬੇਨਤੀ ਕਰਾਂਗਾ ਕਿ ਨਾਲ ਕੀਰਤਨ ਦੀ ਹਾਜ਼ਰੀ ਲਵਾਇਓ, ਰਸਨਾ ਦੇ ਨਾਲ ਉਹ ਮਾਲਕ ਦੇ ਸ਼ਬਦ ਨੂੰ ਪੜਿਓ, ਕਿਉਂਕਿ ਇਹ ਰਸਨਾ ਪਵਿੱਤਰ ਤਾਂਹੀਓ ਜੇ ਮਾਲਕ ਦੇ ਗੁਣ ਗਾਵਾਂਗੇ। ਸਤਿਗੁਰ ਬਾਣੀ ਦੇ ਅੰਦਰ ਰੋਜ਼ ਸਾਨੂੰ ਸਮਝਾਉਂਦੇ ਨੇ, ਸਾਹ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਇਹ ਗੁਣ ਗਾਵੇ ਹੈ ਹਰ ਪ੍ਰਭ ਕੇਰੇ ਰਾਮ। ਸੋ ਆਓ, ਸਮਾਂ ਸੀਮਤ ਹੈ, ਦੋ ਸ਼ਬਦਾਂ ਦੀ ਹਾਜ਼ਰੀ ਲਵਾਉਣੀ ਹੈ ਕਿਉਂਕਿ ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਜਿੰਦਰ ਸਿੰਘ ਜੀ ਸ਼ਿਮਲੇ ਵਾਲੇ, ਜਿਨ੍ਹਾਂ 'ਤੇ ਸਤਿਗੁਰ ਦੀ ਅਪਾਰ ਕਿਰਪਾ ਹੈ, ਬਹੁਤ ਪਿਆਰ ਦੇ ਵਿੱਚ ਟਿਕਾ ਦੇ ਵਿੱਚ ਰੱਬੀ ਬਾਣੀ ਦਾ ਕੀਰਤਨ ਕਰਦੇ ਨੇ, ਉਹਨਾਂ ਨੇ ਆਪ ਸੰਗਤਾਂ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਕਰਨੀ ਹੈ। ਸੋ ਆਓ, ਜਿੰਨੀਆਂ ਭੈਣਾਂ ਬੈਠੀਆਂ ਸਾਰਿਆਂ ਨੂੰ ਬੇਨਤੀ ਕਰਾਂਗਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪੁਰਬ ਮਨਾ ਰਹੇ ਹੋ ਨਾ, ਤੇ ਸਾਡਾ ਫਰਜ਼ ਬਣਦਾ ਜਿਸ ਗੁਰੂ ਦਾ ਪੁਰਬ ਮਨਾ ਰਹੇ ਹੋ ਘੱਟੋ ਘੱਟ ਉਸ ਗੁਰੂ ਦੀ ਗੱਲ ਮੰਨਣੀ ਸਾਡੇ ਲਈ ਅਤ ਲਾਜ਼ਮੀ ਜ਼ਰੂਰੀ ਹੈ। ਤੇ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਕਰਦੇ ਨੇ, ਜਿਸ ਗੁਰੂ ਦੇ ਲੜ ਸਾਨੂੰ ਲਾਇਆ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲੜ, ਤੇ ਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਸਾਨੂੰ ਇਹ ਗੱਲ ਸਮਝਾ ਰਹੇ ਨੇ, ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਿਛ ਕਰੇ ਸੋ ਸਤ ਕਰ ਮਾਨੋ। ਕਿਉਂਕਿ ਦੁਨੀਆ ਦਾ ਮਨੁੱਖ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਦਾ ਹੈ, ਮੰਨਦਾ ਹੈ ਕਿ ਮੇਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ, ਪਰ ਵਿਰਲੇ ਨੇ ਜਿਹੜੇ ਗੁਰੂ ਦੀ ਮੰਨਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਉਧਾਰ ਤਾਂਹੀਓ ਹੋਣਾ ਹੈ, ਤਾਂਹੀਓ ਸਾਡਾ ਜੀਵਨ ਹਰਾ ਭਰਾ ਹੋਣਾ ਹੈ ਜੇ ਮਾਲਕ ਦੀ ਮੰਨ ਕੇ ਜਾਵਾਂਗੇ, ਉਹ ਗੁਣਾਂ ਨੂੰ ਕਮਾ ਕੇ ਜਾਵਾਂਗੇ। ਆਓ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਉੱਚੀ ਆਵਾਜ਼ ਵਿੱਚ ਰਲ ਕੇ ਸ਼ਬਦ ਦਾ ਗਾਇਨ ਕਰੋ ਜੀ। ਗੋਬਿੰਦ ਕੀ ਐਸੀ ਕਾਰ ਕਮਾਏ, ਗੋਬਿੰਦ ਕੀ ਐਸੀ ਕਾਰ ਕਮਾਏ, ਜਪ ਲਓ ਗੋਬਿੰਦ ਕੀ ਐਸੀ ਕਾਰ ਕਮਾਏ। ਸਾਰੀਆਂ ਭੈਣਾਂ ਜਪੋ ਜੀ ਗੋਬਿੰਦ ਕੀ ਕਰੇ ਸਤ ਕਰ ਮਾਨੋ, ਜੋ ਕਿਛ ਕਰੇ ਸਤ ਕਰ ਮਾਨੋ। ਗੁਰਮੁਖ ਨਾਮ ਰੋਲੀ ਬੁਲਾਏ, ਗੁਰਮੁਖ ਨਾਮ
ਜਪ ਜਾਏ ਅਮਰ ਵਿਸਰ ਸਭ ਜਾਏ ਅੰਨ ਦਿਨ ਰਹਿ ਪਿਆ ਮਨ ਮਾਨਿਆ ਘੱਟੋ ਘੱਟ ਜਿਸ ਗੁਰੂ ਦੀ ਗੋਦ ਅੰਦਰ ਬੈਠੇ ਹੋ ਨਾ, ਜਿਸ ਪਾਤਸ਼ਾਹ ਜੀ ਦੀ ਬਾਣੀ ਨੂੰ ਤੁਸੀਂ ਗੁਰੂ ਕਹਿੰਦੇ ਹੋ, ਗੁਰੂ ਦੀ ਜ਼ਰੂਰ ਮੰਨ ਕੇ ਜਾਇਓ। ਕਿਉਂਕਿ ਸਤਿਗੁਰੂ ਸਾਨੂੰ ਇਹ ਗੱਲ ਸਮਝਾਉਂਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਸਾਡਾ ਮੰਨਣਾ ਫਰਜ਼ ਹੈ। ਗੁਰੂ ਪਾਤਸ਼ਾਹ ਰੋਜ਼ ਸਾਨੂੰ ਬਾਣੀ ਅੰਦਰ ਸਮਝਾਉਂਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤੇ ਬਾਣੀ ਨੂੰ ਗਾਣਾ ਕੇਵਲ ਕੀਰਤਨੀਆਂ ਦਾ ਫਰਜ਼ ਨਹੀਂ। ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ, ਆਓ ਅੱਜ ਕੀਤੇ ਨੂੰ ਸਤ ਕਰਕੇ ਮੰਨ ਲਈਏ, ਮਾਲਕ ਦੇ ਕੀਤੇ ਨੂੰ। ਜੋ ਪਰਮਾਤਮਾ ਕਰਦਾ ਹੈ ਨਾ, ਉਹਨੂੰ ਸਤ ਕਰਕੇ ਮੰਨੀਏ, ਜਿਵੇਂ ਰੱਖਦਾ ਹੈ ਉਵੇਂ ਰਹੀਏ। ਕਦੇ ਮਾਲਕ ਦੇ ਨਾਲ ਗਿੱਲੇ ਸ਼ਿਕਵੇ ਨਾ ਕਰੀਏ, ਕਿੰਤੂ ਪਰੰਤੂ ਮਾਲਕ ਦੇ ਕੀਤੇ ਹੋਏ ਤੇ ਨਾ ਕਰੀਏ। ਫਿਰ ਸਾਡੇ ਪਰ ਮਨਾਏ ਸਪਨੇ ਨੇ, ਜਿੰਨੀਆਂ ਭੈਣਾਂ ਬੈਠੀਆਂ, ਹੁਣ ਬੇਨਤੀ ਹੈ, ਇੱਕ ਵਾਰ ਦੱਸ ਰਹੇ ਪੜਨਗੇ, ਮਗਰ ਸਾਰਿਆਂ ਦੀ ਆਵਾਜ਼ ਉੱਚੀ ਆਵਾਜ਼ ਵਿੱਚ ਆਉਣੀ ਚਾਹੀਦੀ ਹੈ। ਕੋਈ ਵੀ ਰਸਨਾ ਬਾਂਧੀ ਨਾ ਰਹੇ, ਪਤਾ ਲੱਗ ਜਾਏ ਤੁਹਾਡੇ ਕਾਲਜ ਦੇ ਵਿੱਚ ਕਿ ਇੱਥੇ ਸੰਗਤਾਂ ਲਾਹਾ ਲੈ ਰਹੀਆਂ ਨੇ, ਗੁਰੂ ਦੀ ਮੱਤ ਲੈ ਰਹੀਆਂ ਨੇ।
ਸਾਰਿਆਂ ਨੂੰ ਬੇਨਤੀ ਹੈ ਕਰੋ ਕਿਰਪਾ ਜਪੋ ਜੀ
ਕਰ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਤਰ ਹਾਂ ਅਨਸਿਓ ਤੋਰ ਫੇਰ ਲਾਲਨ ਪਾਇਓ ਦੀ ਸਖੀ ਗੋਬਿੰਦ ਕੀ ਐਸੀ ਸਤਿਗੁਰੂ ਨੇ ਸਾਨੂੰ ਇਹ ਮੱਤ ਦਿੱਤੀ ਹੈ ਭੁਲੇਖੇ ਦੇ ਵਿੱਚ ਨਾ ਰਹੇ ਹੋ ਕਿ ਕੇਵਲ ਬਾਣੀ ਗਾਉਣ ਦੇ ਲਈ ਦਿੱਤੀ ਹੈ। ਸਤਿਗੁਰ ਕਹਿੰਦੇ ਜੇ ਗੁਰੂ ਦੇ ਸਿੱਖਾ ਹੇ ਭਾਈ ਹੇ ਮਨੁੱਖ ਜੇ ਤੂੰ ਉਸ ਅਕਾਲ ਪੁਰਖ ਦੀ ਭਗਤੀ ਕਰਨੀ ਹੈ ਨਾ ਉਸ ਮਾਲਕ ਦੀ ਬੰਦਗੀ ਕਰਨੀ ਹੈ ਕਹਿੰਦੇ ਇਸ ਤਰੀਕੇ ਦੇ ਨਾਲ ਕਰ ਗੋਬਿੰਦ ਕੀ ਐਸੀ ਕਾਰ ਕਮਾਏ ਤੋਂ ਭਾਵ ਹੈ ਸਤਿਗੁਰ ਕਹਿੰਦੇ ਇਸ ਢੰਗ ਦੇ ਨਾਲ ਕਰਨੀ ਕਰ ਉਹ ਮਾਲਕ ਦੀ ਬੰਦਗੀ ਕਹਿੰਦੇ ਤੂੰ ਬੰਦਗੀ ਤਾਂ ਕਰਦਾ ਪਰ ਫਿਰ ਵੀ ਤੂੰ ਮਾਲਕ ਦੇ ਨਾਲ ਗਿੱਲੇ ਸ਼ਿਕਵੇ ਕਰਦਾ ਰਹਿੰਦਾ ਸੋ ਆਓ ਜਿੰਨੀ ਸੰਗਤ ਬੈਠੀ ਹੈ ਜਿਨ੍ਹਾਂ ਨੇ ਹਜੇ ਤੱਕ ਜਪਿਆ ਨਹੀਂ ਸਤਿਗੁਰ ਕਹਿੰਦੇ ਤੇਰੀ ਭਗਤੀ ਕੀਤੀ ਕਦੋਂ ਸਫਲੀ ਹੋਣੀ ਹੈ ਜਦੋਂ ਉਸ ਪਰਮਾਤਮਾ ਦੇ ਜੋ ਕੁਝ ਕਰ ਰਿਹਾ ਉਹਦੇ ਕੀਤੇ ਨੂੰ ਤੂੰ ਸਤ ਕਰਕੇ ਮੰਨੇਗਾ ਪਿਆਰ ਨਾਲ ਆਖੋ ਸਤਨਾਮ ਸਤਿਗੁਰ ਕਹਿੰਦੇ ਜੋ ਕਿਛ ਕਰੇ ਸੋ ਸਤ ਕਰ ਮਾਨੋ ਇਹ ਤੇਰਾ ਕੰਮ ਹੈ ਗੁਰਮੁਖ ਨਾਮ ਰਹੋ ਲਈ ਬੁਲਾਏ ਸਤਿਗੁਰ ਕਹਿੰਦੇ ਤੂੰ ਪਰਮਾਤਮਾ ਦੇ ਨਾਮ ਵਿੱਚ ਚਿੱਤ ਜੋੜੀ ਰੱਖ ਆਓ ਹੁਕਮ ਹੋਇਆ ਸੀ ਮੈਨੂੰ ਵੀਰ ਜੀ ਹੋਣਾ ਵੱਲੋਂ ਡਾਕਟਰ ਸਾਹਿਬ ਵੱਲੋਂ ਅਖੀਰ ਵਿੱਚ ਸ਼ਬਦ ਪੜ੍ਹਨ ਦੇ ਲਈ ਸਾਰੇ ਰਲ ਕੇ ਸ਼ਬਦ ਪੜ੍ਹੀਏ ਤਕਰੀਬਨ ਸਮਾਂ 5-7 ਮਿੰਟ ਰਹਿ ਗਿਆ ਦਿੱਤੇ ਸਮੇਂ ਅਨੁਸਾਰ ਜਿਸ ਸ਼ਬਦ ਦੁਆਰਾ ਤੁਹਾਡੀਆਂ ਸੀਸਾਂ ਦੇ ਨਾਲ ਦੱਸਣੇ ਦੇ ਜਥੇ ਨੂੰ PTC ਮਿਊਜ਼ਿਕ ਅਵਾਰਡ ਦੀ ਪ੍ਰਾਪਤੀ ਹੋਈ ਸੀ ਹੁਕਮ ਹੋਇਆ ਸ਼ਬਦ ਪੜ੍ਹਨ ਦੇ ਲਈ ਕਿ ਭਾਈ ਸਾਹਿਬ ਸ਼ਬਦ ਜ਼ਰੂਰ ਸੁਣਾਇਓ ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜ੍ਹਨ ਸਿਓ ਨਹੀਂ ਕਾਮ ਆਓ ਭਗਤ ਪ੍ਰਹਿਲਾਦ ਦੇ ਜੀਵਨ ਤੋਂ ਲਈਏ ਪ੍ਰੇਰਨਾ ਲਈਏ ਮਤ ਸਾਡਾ ਜੀਵਨ ਵੀ ਕਿਸੇ ਐਸਾ ਬਣ ਜਾਏ ਮਾਲਕ ਦੀ ਬੰਦਗੀ ਕਰਨੀ ਨਾ ਛੱਡੀਏ ਭਾਵੇਂ ਇਹ ਸਰੀਰ ਜਾਂਦਾ ਚਲਾ ਜਾਏ ਸੱਚ ਦੇ ਆਧਾਰ ਤੇ ਜ਼ਿੰਦਗੀ ਜੀਏ ਆਓ ਜਿੰਨੀਆਂ ਮਾਤਾਵਾਂ ਭੈਣਾਂ ਵੀਰ ਬੈਠੇ ਹੋ ਮੇਰੇ ਡਾਕਟਰ ਸਾਹਿਬ ਵੀਰ ਜੀ ਉਹਨਾਂ ਨੇ ਹੁਕਮ ਕੀਤਾ ਸੀ ਕਿ ਭਾਈ ਸਾਹਿਬ ਸ਼ਬਦ ਜ਼ਰੂਰ ਇਹ ਸੁਣਾਇਓ ਬਹੁਤ ਸੰਗਤਾਂ ਪਿਆਰ ਬਖਸ਼ਿਸ਼ ਕਰਦੀਆਂ ਨੇ ਜਦੋਂ ਸ਼ਬਦ ਪੜ੍ਹੀਦਾ ਤੁਸੀਂ PTC ਪੰਜਾਬੀ ਚੈਨਲ ਹੋਰ ਚੈਨਲਾਂ 'ਤੇ ਸ਼ਬਦ ਸਰਵਣ ਕਰਦੇ ਰਹਿੰਦੇ ਹੋ ਆਓ ਸਾਰੀ ਸੰਗਤ ਰਲ ਕੇ ਕਰਿਓ ਰਸਨਾ ਨੂੰ ਪਵਿੱਤਰ ਇਹ ਸ਼ਬਦ ਪੜ੍ਹ ਕੇ ਦਸਰਿਆਂ ਵੱਲੋਂ ਕੀਰਤਨ ਦੀ ਸਮਾਪਤੀ ਹੈ ਕਿਉਂਕਿ ਦਸਰਿਆਂ ਨੇ 3 ਵਜੇ ਦੀ ਫਲਾਈਟ ਹੈ ਬੰਬੇ ਜਾਣਾ ਸਮਾਗਮ ਰਾਤ ਦਾ ਸਮਾਗਮ ਬੰਬੇ ਵਿਖੇ ਹੈ ਸੋ ਬਖਸ਼ਿਓ ਆਸੀਸ ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ ਅਬ ਹਮ ਚੱਲੀ ਠਾਕੁਰ ਪੈਹਾ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇ ਮਾਰ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨਹੀਂ ਰੋਰੋ ਰੇ ਬਾਬਾ ਰਾਮ ਨਾਮ ਨਹੀਂ ਛੋਡੋ ਰੇ ਬਾਬਾ ਰਾਮ
मेरी पट्टिया लिख दे
ਸਾਰੀ ਸੰਗਤ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ ਕਿ 2-4 ਮਿੰਟ ਲਈ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪੜਿਆ ਜਾਏ, ਕਿਉਂਕਿ ਜਿਸ ਗੁਰੂ ਦਾ ਪੁਰਬ ਮਨਾ ਰਹੇ ਹੋ ਨਾ, ਠੀਕ ਹੈ ਕੀਰਤਨੀਆਂ ਦਾ ਫਰਜ਼ ਹੈ ਕਿ ਜਿਸ ਗੁਰੂ ਦੇ ਲੜ ਲਾਇਆ ਸਾਨੂੰ ਹੁਕਮ ਕੀਤਾ ਸਾਡਾ ਫਰਜ਼ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਨਾ, ਪਰ ਹੁਕਮ ਹੋਇਆ ਗੁਰਮੁਖਾਂ ਵੱਲੋਂ ਸ਼ਬਦ ਪੜ੍ਹਨ ਦੇ ਲਈ 2-4 ਮਿੰਟ ਲਈ ਕੇਵਲ ਸ਼ਬਦ ਪੜ੍ਹ ਲਈਏ, ਉਪਰੰਤ ਪ੍ਰਸਿੱਧ ਕੀਰਤਨੀ ਸਤਿਕਾਰਯੋਗ ਗੁਣੀ ਜਨ ਭਾਈ ਤਜਿੰਦਰ ਸਿੰਘ ਜੀ ਸ਼ਿਮਲੇ ਵਾਲੇ, ਹਜ਼ੂਰੀ ਰਾਗੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਆਪ ਸੰਤਾਂ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਕਰਨਗੇ। ਸੋ ਆਓ ਕੇਵਲ ਤੇ ਕੇਵਲ 2-4 ਮਿੰਟ ਲਈ ਸ਼ਬਦ ਪੜ੍ਹ ਲਈ, ਉਪਰੰਤ ਦਸ ਰਹੇ ਵੱਲੋਂ ਕੀਰਤਨ ਦੀ ਸਮਾਪਤੀ ਕਰੋ ਕਿਰਪਾ ਜੀ। ਆਪੇ ਆਪ ਗਰੀਬ ਨਿਵਾਜ਼ਾ, 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 ਆਪੇ ਆਪ ਗਰੀਬ ਨਿਵਾਜ਼ਾ। ਰਾਜਨ 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 ਤੂੰ ਸਭ ਰਾਜਨ ਕੇ ਰਾਜਾ, ਰਾਜਨ 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 ਤੂੰ ਸਭ ਰਾਜਨ ਕੇ ਰਾਜਾ, ਸਭ ਰਾਜਨ ਕੇ ਰਾਜਾ, ਸਭ ਰਾਜਨ ਕੇ ਰਾਜਾ, ਸਭ ਰਾਜਨ। ਕਰੋ
ਮਿਲੇ ਸਭ ਤਾ ਜਾਨ ਆਪਣਾ ਹੁਦੈ ਦੀਵਾ ਆਪ ਕਰੋ ਹਮਰੇ ਸਭ ਤਾ ਆਪ ਕਰੋ ਹਮਰੇ ਸਭ ਤਾ ਰਾਜਨ 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 ਸਭ ਰਾਜਨ ਕੇ ਰਾਜਾ ਰਾਜਨ 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 ਸਭ ਰਾਜਨ ਕੇ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਰਾਜਨ 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 ਸਭ ਰਾਜਨ ਕੇ ਰਾਜਾ ਰਾਜਨ 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 ਸਭ ਰਾਜਨ ਕੇ ਰਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾ ਮੈਂ ਆਨ ਦੁਆਰ ਤੁਮੇ ਆਪਣਾ ਜਾਨ ਕਰੋ ਕਿਰਪਾਰਾ ਤੁਮ ਸਾਹਿਬ ਮੈਂ ਕਿੰਕਰ ਧਾਰਾ ਦਾਸ ਜਾਨ ਦੇ ਹਾਥ ਹਮਰੇ ਸਭ ਬੈਰਨ ਸੰਗਾਰੋ ਦਾਸ ਜਾਨ ਦੇ ਹਾਥ ਵਾਰ ਹਮਰੇ ਸਭ ਬੈਰਨ ਸੰਗਾਰ ਹਮਰੇ ਸਭ ਬੈਰਨ ਸੰਗਾਰ ਰਾਜਨ 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 ਤੁਮ ਸਭ ਰਾਜਨ ਕੇ ਰਾਜਾ ਰਾਜਨ ਰਾਜਨ ਸਭ ਰਾਜਨ ਕੇ ਰਾਜਾ ਸਭ ਰਾਜਨ ਕੇ ਰਾਜਾ ਸਭ ਰਾਜਨ ਕੇ ਰਾਜਾ ਸਭ ਰਾਜਾ ਸਭ ਰਾਜਨ ਕੇ ਰਾਜਾ ਸਭ ਰਾਜਨ ਕੇ ਰਾਜਾ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਰਾਜਨ 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 ਤੁਮ ਸਭ ਰਾਜਨ ਕੇ ਰਾਜਾ 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 ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਨਾਲੋ ਲਾਲ ਹੈ ਸੱਚੇ ਸਦਾ ਸੁਮਾਵੇ ਜੀ ਜਨ ਸਭ ਖਸਮ ਕੇ ਕੋਣ ਕੀਮਤ ਪਾਵੇ ਕਹਿਣ ਧਿਆਨ ਸੁਣ ਇੱਥੇ ਪਗ ਸੁਹਾਵੇ ਅਬੂ ਗੁਜਰ ਸਾਹਿਬ ਦੂਸਰ ਲਵੇ ਨਾ ਲਾਵੇ ਸਤ ਪੂਰੇ ਗੁਰੀ ਉਪਦੇਸਿਆਂ ਸਤਪੁਰੇ ਗੁਰੀ ਉਪਦੇਸਿਆ ਨਾਨਕ ਸੁਣਾਵੇ ਸੁਗੁਰੂ ਕੀ ਪਿਆਰੀ ਸੰਗਤ ਇੰਨੀ ਹਾਜ਼ਰੀ ਕਰਿਓ ਪ੍ਰਵਾਨ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਕੁਟਾਨ ਕੋਟ ਸ਼ੁਕਰਾਨਾ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਸਾਹਿਬ ਜੀ ਨੇ ਕੀਰਤਨ ਦੀ ਸੇਵਾ ਲਿੱਤੀ ਹੈ ਪ੍ਰਬੰਧਕ ਵੀਰਾਂ ਦਾ ਸਮੂਹ ਸਟਾਫ ਮੈਂਬਰਾਂ ਦਾ ਅਧਿਆਪਕ ਸਾਹਿਬਾਨਾਂ ਜੀ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਪਿਆਰ ਬਖਸ਼ ਕੀਤਾ ਹੈ
ਗੁਰੂ ਕਿਰਪਾ ਕਰੇ। ਮੇਰੇ ਵੀਰ ਕਈ ਸੀਡੀਜ਼ ਮੰਗਦੇ ਸਨ ਕੀਰਤਨ ਦੀਆਂ, ਬੇਨਤੀ ਹੈ ਜਿਨ੍ਹਾਂ ਦੇ ਕੋਲ ਐਂਡਰਾਇਡ ਮੋਬਾਈਲ ਨੇ ਤੁਹਾਡੀਆਂ ਸੀਸਾਂ ਦੇ ਨਾਲ ਦਸਤਰਿਆਂ ਦੇ ਜੱਥੇ ਦੀ ਮੋਬਾਈਲ ਦੀ ਐਪਲੀਕੇਸ਼ਨ ਬਣੀ ਹੈ, ਜਿਨ੍ਹਾਂ ਦੇ ਕੋਲ ਐਂਡਰਾਇਡ ਮੋਬਾਈਲ ਨੇ ਪਲੇ ਸਟੋਰ ਤੇ ਜਾ ਕੇ ਜਿੱਥੋਂ ਦੀ ਤੁਸੀਂ ਐਪਲੀਕੇਸ਼ਨ ਇੰਸਟਾਲ ਕਰਦੇ ਹੋ, ਬੇਨਤੀ ਹੈ ਕੇਵਲ ਤੇ ਕੇਵਲ ਦਸਤਰਿਆਂ ਦੇ ਜੱਥੇ ਦਾ ਨਾਮ ਭਾਈ ਜਸਕਰਨ ਸਿੰਘ ਤੁਸੀਂ ਭਰ ਕੇ ਜਾਂ ਕੇਵਲ ਜਸਕਰਨ ਸਿੰਘ ਭਰ ਕੇ ਤੁਸੀਂ ਉਹ ਐਪਲੀਕੇਸ਼ਨ ਡਾਊਨਲੋਡ ਕਰਕੇ, ਅਨੇਕਾਂ ਸ਼ਬਦ ਉਹਦੇ ਅੰਦਰ ਹਨ, ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ, ਸੁਣ ਵੀ ਸਕਦੇ ਹੋ। ਸੋ ਉਹ ਐਪਲੀਕੇਸ਼ਨ ਡਾਊਨਲੋਡ ਕਰਕੇ ਦਸਤਰਿਆਂ ਦੇ ਜੱਥੇ ਨੂੰ ਅਸੀਸਾਂ ਬਖਸ਼ਿਸ਼ ਕਰਿਓ, ਅਸੀਸ ਰੂਪੀ ਫਤਿਹ ਦੀ ਸਾਰੇ ਰਲ ਕੇ ਸਾਂਝ ਪਾਓ। ਖੁੱਲਾ ਸਮਾਂ ਅਸੀਂ ਲਾਉਣਾ ਸੀ, ਜੇਕਰ ਜਾਣਾ ਨਾ ਹੁੰਦਾ ਸੋ ਖਿਮਾ ਦੇ ਜਾਚਕ ਹਾਂ। ਸੋ ਇੰਨੀ ਹਾਜ਼ਰੀ ਸਾਧ ਸੰਗਤ ਜੀ ਕਰਿਓ ਪ੍ਰਵਾਨ, ਅਸੀਸ ਰੂਪੀ ਫਤਿਹ ਦੀ ਸਾਰੇ ਰਲ ਕੇ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।